सत श्री अकाल, मैं हरमन कुलार, स्पीड न्यूज देख रहे सारे दर्शकों का स्वागत है। आम आदमी पार्टी ने जलंधर जिमनी चोण लई सुशील कुमार रिंकू नूं उम्मीदवार ऐलान दिता है। साबका कांग्रेसी विधायक सुशील कुमार रिंकू कल ही आम आदमी पार्टी विच शामिल होए। तुहानूं दस दिंदे आं, सुशील रिंकू नूं आप दा उम्मीदवार बनाउण बारे कल तो ही चर्चा चल रही थी। हालांकि कल इस बारे पुछे सवाल के जवाब दे विच मुख्यमंत्री भगवंत मान ने कहा कि पार्टी ने इस बारे फिलहाल फैसला नहीं लिया। उन्होंने कहा कि उम्मीदवार बारे सर्वेखण करवाने के मगरों ही ऐलान कर दिया जाएगा। हुण आपने रिंकू नूं जलंधर तो उम्मीदवार ऐलान दिता है। जलंधर जिमनी चोणां नूं लै के अखाड़ा पूरी तरह नाल गरमा चुकिया। आम आदमी पार्टी दे वल्लों जिमनी चोणां दे लई सुशील रिंकू नूं जिथे उम्मीदवार ऐलान दिता गया। श्रोमणी अकाली दल दे सीनियर आगू परमिंदर ढींडसा ने कांग्रेस ते श्रोमणी अकाली दल नूं निशाने ते लै लिया। उन्हां दा कहना है जिमनी चोणां लोकां दे मूड नूं दर्शाउंदियां ने कि सूबे दी राजनीति दे विच की बदलाव उह चाहुंदे ने। ढींडसा मुताबक संगरूर तो बाद हुण जलंधर दी चोण आम आदमी पार्टी दे लई बहुत अहम है। इस दे नाल ही उन्हां इह वी कह दिता कि श्रोमणी अकाली दल पहली बार चोण लड़न तो भजदा होया नजर आ रहा है। अकाली दल अपनी भाईवाल बसपा दे हत्थां दे विच जिम्मेवारी ਕਿ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ। ਉਹਨਾਂ ਕਿਹਾ ਜਲੰਧਰ ਦੀ ਇਸ ਸੀਟ ਤੇ ਕਾਂਗਰਸ ਜ਼ਿਆਦਾਤਰ ਜਿੱਤ ਦਰਜ ਕਰਦੀ ਰਹੀ ਹੈ, ਪਰ ਹੁਣ ਇਹ ਸੀਟ ਕਾਂਗਰਸ ਪਾਰਟੀ ਦੇ ਲਈ ਵੀ ਚੁਣੌਤੀ ਬਣ ਚੁੱਕੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਕਾਂਗਰਸ ਪਾਰਟੀ 'ਚ ਅੰਦਰੂਨੀ ਵਿਵਾਦ ਨਜ਼ਰ ਆ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਸਿੱਧੂ ਤੋਂ ਦੂਰੀ ਬਣਾਈ ਜਾ ਰਹੀ ਹੈ। ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਹਮਲਾ ਸਾਧਿਆ। ਸੂਤਰਾਂ ਦੇ ਮੁਤਾਬਕ ਜਿਵੇਂ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ, ਉਹਨਾਂ ਦੇ ਨਾਲ ਇਹ ਨਜ਼ਰ ਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ ਕਿਹਾ ਜਾ ਰਿਹਾ ਪਾਰਟੀ ਲਈ ਜੇਲ੍ਹ ਨਹੀਂ ਗਏ ਸੀ, ਆਪਣੇ ਇੱਕ ਨਿੱਜੀ ਮਾਮਲੇ ਦੇ ਵਿੱਚ ਸਜ਼ਾ ਕੱਟ ਗਿਆ ਇਹਨੇ। ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀ ਦੇਣ ਦੇ ਸਵਾਲ ਤੇ ਰਵਨੀਤ ਬਿੱਟੂ ਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਹੈ ਫਿਲਹਾਲ ਉਹਨਾਂ ਨੂੰ ਕੋਈ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤੇ ਪਾਰਟੀ ਦਾ ਨੁਕਸਾਨ ਕਰਨ ਵਾਲੇ ਆਗੂ ਨੂੰ ਕੋਈ ਵੀ ਜ਼ਿੰਮੇਵਾਰੀ ਮਿਲਣੀ ਨਹੀਂ ਚਾਹੀਦੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਤੋਂ 13 ਅਪ੍ਰੈਲ ਤੱਕ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਜਥੇਦਾਰ ਦੇ ਵੱਲੋਂ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਮੌਕੇ ਸਰਬੱਤ ਖਾਲਸਾ ਸਦਨ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕੀ ਹੈ। ਤਾਂ ਦੱਸ ਦਿੰਦੇ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਸੀ ਕਿ ਮੌਜੂਦਾ ਹਾਲਾਤਾਂ ਨੂੰ ਵਿਚਾਰਨ ਵਾਸਤੇ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਿਆ ਜਾਵੇ। ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਨੇ ਇਹ ਦੱਸਿਆ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ 12 ਤੋਂ 15 ਅਪ੍ਰੈਲ ਤੱਕ ਗੁਰਮਤਿ ਸਮਾਗਮ ਉਲੀਕੇ ਨੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਾਂ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਉਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ ਗਈ ਹੈ। ਅੰਮ੍ਰਿਤਪਾਲ ਦੇ ਮਾਮਲੇ ਉੱਤੇ ਦਾਦੂਵਾਲ ਨੇ ਕਹਿ ਦਿੱਤਾ ਕਿ ਅੰਮ੍ਰਿਤਪਾਲ ਨੇ ਕੋਈ ਵੀ ਗੁਨਾਹ ਨਹੀਂ ਕੀਤਾ, ਉਸਨੇ ਨੌਜਵਾਨਾਂ ਨੂੰ ਸਹੀ ਤਰੀਕੇ ਨਾਲ ਜੋੜਨ ਦਾ ਇੱਕ ਕੰਮ ਕੀਤਾ ਸੀ। ਇਸ ਦੇ ਨਾਲ ਹੀ ਦਾਦੂਵਾਲ ਨੇ ਪੰਜਾਬ ਸਰਕਾਰ ਨੂੰ ਵਧਾਈ ਵੀ ਦੇ ਦਿੱਤੀ ਹੈ ਤੇ ਆਖਿਆ ਹੈ ਕਿ ਬਹੁਤ ਚੰਗੀ ਗੱਲ ਹੈ, ਮੌਜੂਦਾ ਸਮੇਂ ਦੌਰਾਨ ਪੰਜਾਬ 'ਚ ਕਿਤੇ ਵੀ ਗੋਲੀ ਨਹੀਂ ਚੱਲੀ ਨਾ ਹੀ ਇਸ ਤਰ੍ਹਾਂ ਦਾ ਕਿਤੇ ਮਾਹੌਲ ਬਣਿਆ। ਨਵੀਂ ਐਕਸਾਈਜ਼ ਪਾਲਿਸੀ ਅਧੀਨ ਠੇਕੇਦਾਰਾਂ ਵੱਲੋਂ ਗਰੁੱਪਾਂ ਦਾ ਚਾਰਜ ਸੰਭਾਲਣ ਤੋਂ ਬਾਅਦ ਬੀਅਰ ਦੀਆਂ ਸ਼ੁਰੂਆਤੀ ਕੀਮਤਾਂ 180 ਰੁਪਏ ਰੱਖੀਆਂ ਗਈਆਂ ਸੀ, ਜਿਸ ਤੇ ਐਕਸਾਈਜ਼ ਵਿਭਾਗ ਨੇ ਵੱਡਾ ਕਦਮ ਉਠਾਉਂਦਿਆਂ ਕੀਮਤਾਂ ਦੇ ਵਿੱਚ ਕਮੀ ਕਰਕੇ ਆਪਣੇ ਪੱਧਰ ਤੇ ਰੇਟ ਨਿਰਧਾਰਿਤ ਕਰ ਦਿੱਤੇ ਨੇ। ਸੂਤਰਾਂ ਦੇ ਮੁਤਾਬਕ ਇਸ ਅਧੀਨ ਵੀਰਵਾਰ ਤੋਂ ਲਾਈਟ ਬੀਅਰ 140 ਰੁਪਏ ਜਦਕਿ ਸਟਰੋਂਗ ਬੀਅਰ 150 ਰੁਪਏ ਵਿੱਚ ਉਪਲਬਧ ਹੋਵੇਗੀ। ਇਹ ਪਹਿਲੀ ਵਾਰ ਹੈ ਐਕਸਾਈਜ਼ ਵਿਭਾਗ ਦੇ ਵੱਲੋਂ ਬੀਅਰ ਦੀਆਂ ਕੀਮਤਾਂ ਖੁਦ ਨਿਰਧਾਰਿਤ ਕੀਤੀਆਂ ਗਈਆਂ ਨੇ, ਜਦਕਿ ਇਸ ਤੋਂ ਪਹਿਲਾਂ ਠੇਕੇਦਾਰਾਂ ਵੱਲੋਂ ਆਪਣੀ ਮਰਜ਼ੀ ਨਾਲ ਬੀਅਰ ਦੀਆਂ ਕੀਮਤਾਂ ਵਸੂਲੀਆਂ ਜਾਂਦੀਆਂ ਸੀ। ਠੇਕੇਦਾਰਾਂ ਦੀ ਮਨਮਰਜ਼ੀ ਤੇ ਰੋਕ ਲਗਾਉਣ ਦੇ ਮਕਸਦ ਦੇ ਨਾਲ ਐਕਸਾਈਜ਼ ਵਿਭਾਗ ਵੱਲੋਂ ਉਠਾਏ ਗਏ ਇਸ ਕਦਮ ਦੇ ਨਾਲ ਬੀਅਰ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਵਿਭਾਗ ਨੇ ਸਪਸ਼ਟ ਕਰ ਦਿੱਤਾ ਕਿ ਨਿਰਧਾਰਿਤ ਕੀਮਤਾਂ ਤੋਂ ਜ਼ਿਆਦਾ ਕੀਮਤ ਵਸੂਲ ਕਰਨ ਤੇ ਠੇਕੇਦਾਰਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਦੀ ਵੱਡੀ ਕਾਰਵਾਈ ਕੀਤੀ ਜਾਵੇਗੀ। ਕਣਕ ਦੀ ਖਰਾਬ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਸਮੇਂ ਸਿਰ ਨਾ ਹੋਣ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕਰ ਦਿੱਤਾ ਗਿਆ। ਇਸ ਦੌਰਾਨ ਹੰਗਾਮਾ ਹੋ ਗਿਆ ਜਦੋਂ ਕਿਸਾਨਾਂ ਦੀ ਨਜ਼ਰ ਖੇਤੀਬਾੜੀ ਦਫ਼ਤਰ ਅੰਦਰ ਲੱਗੇ ਬਗੀਚੇ 'ਚ ਡੋਡਿਆਂ ਦੇ ਬੂਟਿਆਂ ਤੇ ਪੈ ਗਈ, ਜਿਸ ਨੂੰ ਲੈ ਕੇ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ। ਕਿਸਾਨਾਂ ਨੇ ਕਿਹਾ ਖੁਦ ਖੇਤੀਬਾੜੀ ਅਫਸਰ ਦੇ ਦਫ਼ਤਰ ਦੇ ਵਿੱਚ ਡੋਡਿਆਂ ਦੀ ਖੇਤੀ ਚੱਲ ਰਹੀ ਹੈ ਤੇ ਕਿਸਾਨਾਂ ਨੂੰ ਅਫੀਮ ਭੁੱਕੀ ਦੀ ਖੇਤੀ ਕਰਨ ਤੋਂ ਰੋਕਿਆ ਜਾ ਰਿਹਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਈ ਇੱਕ ਦੋ ਬੂਟਾ ਹੁੰਦਾ ਤਾਂ ਮੰਨ ਵੀ ਸਕਦੇ ਸੀ ਕਿ ਗਲਤੀ ਨਾਲ ਆ ਗਿਆ ਹੋਊਗਾ, ਪਰ ਬਗੀਚੇ ਦੇ ਵਿੱਚ 150 ਦੇ ਕਰੀਬ ਡੋਡਿਆਂ ਦੇ ਬੂਟੇ ਲਾਏ ਹੋਏ ਸੀ। ਕਿਸਾਨਾਂ ਨੇ ਖੁਦ ਇਹਦੀ ਸ਼ਨਾਖਤ ਕੀਤੀ ਤੇ ਕਿਹਾ ਡੋਡਿਆਂ ਦੇ ਬੂਟੇ ਨੇ। ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਜੇਕਰ ਖੇਤੀਬਾੜੀ ਦਫ਼ਤਰ 'ਚ ਆਪਣੇ ਖਾਣ ਲਈ ਡੋਡੇ ਲਗਾ ਰਹੇ ਨੇ ਤਾਂ ਕਿਸਾਨਾਂ ਨੂੰ ਇਹਦੀ ਖੇਤੀ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ। ਉਹਨਾਂ ਨੇ ਕਿਹਾ ਕਿ ਕੀ ਹੁਣ ਖੇਤੀਬਾੜੀ ਅਫਸਰ ਉੱਤੇ ਕਾਰਵਾਈ ਹੋਵੇਗੀ, ਇਹ ਵੱਡਾ ਸਵਾਲ ਹੈ। ਦਿੱਲੀ ਹਾਈ ਕੋਰਟ ਤੋਂ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਇੱਕ ਵੱਡਾ ਝਟਕਾ ਲੱਗਿਆ। ਦਰਅਸਲ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਨੇ ਫੈਸਲਾ ਸੁਣਾਇਆ।
हालांकि ईडी वालों सतेंद्र जैन की जमानत का विरोध किया गया। ईडी ने दिल्ली हाई कोर्ट को कहा कि जेकर जैन को जमानत दी जाती है तो केस के गवाहों की जान को खतरा है। इस नाल ही मामले की जांच भी प्रभावित हो सकती है। दिल्ली सरकार के सबका मंत्री सतेंद्र जैन को एनफोर्समेंट डायरेक्टर यानी कि ईडी ने पिछले साल 3 मई को गिरफ्तार किया। इस समय वह तिहाड़ जेल के बंद ने। तो सारे जानते हो गाड़ी चलाने का अधिकारत लाइसेंस 18 साल की उम्र तो बाद मिलता है। बहुत घट लोग होंगे जो इस निश्चित उम्र तो पहला चंगी ड्राइविंग कर सकते हो, पर जो तुम सुनोगे एक अजिहा बच्चा जो इन्नी छोटी उम्र च गाड़ी चला रहा है, जो बच्चे सही ढंग नाल गल भी नहीं कर सकते। 3 साल का बच्चा फरारी चलाता हुआ कैमरे च कैद होया, किसी ले भी इस वीडियो उत्ते विश्वास करना बहुत मुश्किल है, जिस च एक 3 साल के बच्चे फरारी चलाते देखा गया। कई यूजर इस गल हजम नहीं कर पा रहे, इसलिए कई लोग अजिहे सी जिन्हां ने बच्चे की छोटी उम्र से सवाल भी खड़े किए। बहुत सारे उपभोक्तावान ने अपना अनुभव साझा किया जो उन्होंने छोटी उम्र के ड्राइविंग करने लिए झिड़किया गया। बहुत सारे लोगों इन्नी छोटी उम्र के बच्चे के हाथ इन्नी वड्डी गड्डी फड़ाने बारे गलत फैसला लग्या। उन्होंने कहा कि यह खतरे तो खाली नहीं है। फिलहाल इस वीडियो 95,000 तो वध व्यूज भी मिल चुके हैं। साडे देश दे विच तुसीं कई बार सियासतदानां नूं अपने भाषणां च कहिंदे सुणिया होवेगा कि मां बोली दा सत्कार करना चाहिए। ते भी कहा जांदा है कि देश दे दस्तावेजां तों लैके सब कुछ मात भाषा विच ही होना चाहिए। वक्खरी गल है अजिहा हुंदा नहीं। उंज दुनिया च इक अजिहा देश भी है जिथे मां बोली तों इलावा होर भाषा बोलण ते सजा भी दित्ती जांदी है। असीं गल कर रहे हैं इटली दी। इत्थे जदों दस्तावेजां दे नाल नाल आम गलबात दे विच अंग्रेजी शब्दों की वरतों वध गई तां सरकारी पद्धर उत्ते इहदी चर्चा होण लगी। सूत्रां दे मुताबक इटली दी इक सियासी पार्टी दे वल्लों प्रस्ताव रखा गया कि जेकर विदेशी भाषा भाव अंग्रेजी शब्दों की वरतों को खत्म करना है तो इसलिए सजा की व्यवस्था भी लियानी पवेगी। अज हनुमान जयंती का त्यौहार पूरे देश दे विच धूमधाम नाल मनाया जा रहा है। इस विशेष मौके से केंद्रीय गृह मंत्री अमित शाह ने गुजरात के बोटाद जिले के सारंगपुर विखे हनुमान जी की 54 फुट उच्ची मूर्ति का उद्घाटन किया है। सारंगपुर अहमदाबाद तो लगभग 150 किलोमीटर दूर है। गृह मंत्री अमित शाह ने मूर्ति के उद्घाटन के दौरान अरदास की। जानकारी मुताबिक भगवान हनुमान की मूर्ति 5 धातु की बनी हुई है। गुजरात के बोटाद जिले के सारंगपुर च बने कष्टभंजन हनुमान को इत्थे हनुमान दादा के नाम भी बुलाया जाता है। अजिहा मनिया जाता है कि शनिदेव के प्रकोप के कारण हनुमान जी लोगों के गुस्से हुए, जिस तो बाद शनिदेव नाल युद्ध लई निकल गए। पर जदों शनिदेव ने इस गल का पता लग्या तो वह इसका हल सोचन लग्या। फिर बजरंग बली तो बचने लई शनिदेव ने औरत का रूप धार लिया, क्योंकि वह जानते हैं कि हनुमान जी ब्रह्मचारी ने, इसलिए वह किसी औरत के हाथ नहीं चुकणगे। पर हनुमान जी ने शनिदेव को पछाण लिया। इस तो बाद शनिदेव हनुमान जी के पैरी पै गए तो माफी मंगन लगे। फिर बजरंग बली ने उसनों अपने पैरों हेठ रखिया। उदों तो शनिदेव कष्ट भंजन हनुमान मंदिर च एक औरत के रूप च बजरंग बली के ढिड हेठ बैठे ने। इस रूप दे विच उन्हां दी पूजा भी कीती जांदी है। फिलहाल स्पीड न्यूज दे विच एने कुछ होर देश दुनिया दीआं तेज़तर्रार खबरां लैके एक बार फिर तो मुलाकात होवेगी। हरमन कुलार नूं दिओ इजाजत। धन्नवाद।